ਪਿਆਰੇ ਦਰਸ਼ਕੋ, ਮੈਂ ਪਰਮਜੀਤ ਸਿੰਘ ਪੰਮੀ ਰੋਜ਼ਾਨਾ ਹੀ ਤਰ੍ਹਾਂ ਪ੍ਰੋਗਰਾਮ ਖਬਰ ਅਤੇ ਵਿਚਾਰ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰ ਜਸਪਾਲ ਸਿੰਘ ਜੀ ਹੇਰਾ, ਮੁੱਖ ਸੰਪਾਦਕ ਰੋਜ਼ਾਨਾ ਪਹਿਰੇਦਾਰ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬੇਅਦਬੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀ ਬੜੀ ਚਰਚਾ ਪਹਿਲਾਂ ਵੀ ਰਹੀ ਹੈ ਅਤੇ ਹੁਣ ਵੀ ਹੋ ਰਹੀ ਹੈ। ਔਰ ਇਸ ਦੇ ਵਿੱਚ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਇਹਨਾਂ ਦਾ ਨਾਂ ਸਿੱਧੇ ਤੌਰ 'ਤੇ ਜੁੜਿਆ ਹੋਇਆ, ਉੱਥੇ ਹੀ ਜਿਹੜਾ ਸੌਦਾ ਸਾਧ ਆ ਸਰਸੇ ਵਾਲਾ ਸਾਧ, ਉਹਦਾ ਨਾਂ ਵੀ ਸਿੱਧੇ ਤੌਰ 'ਤੇ ਇਹਦੇ ਵਿੱਚ ਨਜ਼ਰ ਆ ਰਿਹਾ। ਔਰ ਹੇਰਾ ਸਾਹਿਬ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਆ ਸਪੈਸ਼ਲ ਜਾਂਚ ਕਰਨ ਵਾਸਤੇ, ਉਹਨਾਂ ਨੇ ਸੌਦਾ ਸਾਧ ਤੋਂ ਇਸ ਬਾਰੇ ਜਾਂਚ ਪੁੱਛ ਪੜਤਾਲ ਕਰਨ ਦੀ ਆਗਿਆ ਮੰਗੀ ਸੀ ਜੀ, ਪਰ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਕੋਈ ਆਗਿਆ ਨਹੀਂ ਦਿੱਤੀ। ਇਹ ਪੂਰਾ ਮਾਮਲਾ ਕੀ ਹੈ, ਕਿਉਂ ਨਹੀਂ ਆਗਿਆ ਦਿੱਤੀ ਗਈ? ਦੇਖੋ ਪੰਮੀ ਭਾਅ ਜੀ, ਗੱਲ ਤਾਂ ਰਾਜਨੀਤੀ ਦੀ ਆ। ਰਾਜਨੀਤੀ ਹੈ ਜਿਹੜੀ ਉਹ ਪੂਰਨ ਰੂਪ ਦੇ ਵਿੱਚ, ਕਿਉਂਕਿ ਇਹ ਬੇਅਦਬੀ ਕਾਂਡ ਆ, ਬਹਿਬਲ ਕਲਾਂ ਗੋਲੀ ਕਾਂਡ ਆ, ਪੂਰਨ ਰੂਪ ਦੇ ਵਿੱਚ ਇਹਦੇ ਵਿੱਚ ਸੌਦਾ ਸਾਧ ਦਾ ਬਾਦਲ ਕੇ ਨੇ, ਇੱਧਰੋਂ ਜਿਹੜਾ ਪੰਜਾਬ ਪੁਲਿਸ ਦਾ ਉਸ ਵੇਲੇ ਦਾ ਮੁਖੀ ਸੀ ਸਮੇਤ ਸੈਣੀ, ਇਹ ਸਾਰੇ ਜਿਹੜੇ ਇਸ ਮੁੱਦੇ ਦੇ ਵਿੱਚ ਪੂਰਨ ਰੂਪ ਦੇ ਵਿੱਚ ਘਿਰੇ ਹੋਏ ਨੇ। ਸੋ ਹੁਣ ਜਿਹੜੀ ਸੈੱਟ ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਜਿਹੜੀ, ਉਹਨੇ ਬਕਾਇਦਾ ਰੂਪ ਦੇ ਵਿੱਚ ਸੌਦਾ ਸਾਧ ਤੋਂ ਪੁੱਛਗਿੱਛ ਲਈ, ਕਿਉਂਕਿ ਜਿਹੜੀ ਚਿੱਠੀ ਵਾਲੀ ਗੱਲ ਆ, ਜਿਹੜੀ ਸੌਦਾ ਸਾਧ ਦੀ ਚਿੱਠੀ 'ਤੇ ਜਿਹੜੀ ਮਾਫ਼ੀ ਦਿੱਤੀ ਗਈ ਆ, ਹਾਂਜੀ, ਮੇਨ ਮੁੱਦਾ ਉਹੀ ਆ ਕਿ ਉਹ ਜਿਹੜੀ ਚਿੱਠੀ ਆ ਉਹ ਕਿਹਨੇ ਭੇਜੀ ਸੀ, ਕਿਹਦੇ ਰਾਹੀਂ ਭੇਜੀ ਸੀ, ਉਹ ਤਾਂ ਉਹ ਪੁੱਛ ਗਿੱਛ ਆ। ਦੂਜੀ ਆ ਜਿਹੜੀ ਕਿ ਬੇਅਦਬੀ ਕਾਂਡ ਦੇ ਵਿੱਚ ਜਿਹੜਾ ਸੌਦਾ ਸਾਧ ਦਾ ਜਿਹੜਾ ਚੇਲਾ ਦਵਿੰਦਰ ਬਿੱਟੂ, ਉਹਨੇ ਇਹ ਗੱਲ ਨੂੰ ਮੰਨਿਆ ਵਾ ਕਿ ਸੌਦਾ ਸਾਧ ਨੇ ਇੱਕ ਕੁਰਬਾਨੀ ਬ੍ਰਿਗੇਡ ਬਣਾਇਆ ਸੀ, ਉਹਨੂੰ 5 ਕਰੋੜ ਰੁਪਇਆ ਦਿੱਤਾ ਸੀ, ਉਸ ਤੋਂ ਬਾਅਦ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰੀਆਂ। ਸੋ ਸੈੱਟ ਵੱਲੋਂ ਇਹ ਇਹਨਾਂ ਸਾਰੇ ਕਾਰਨਾਂ ਨੂੰ ਲੈ ਕੇ ਸੌਦਾ ਸਾਧ ਤੋਂ ਪੁੱਛ ਗਿੱਛ ਦੀ ਆਗਿਆ ਜਿਹੜੀ ਉਹ ਅਦਾਲਤੋਂ ਮੰਗੀ, ਅਤੇ ਅਦਾਲਤ ਨੇ ਮਤਲਬ ਸੌਦਾ ਸਾਧ ਤੋਂ ਪੁੱਛ ਗਿੱਛ ਦੀ ਆਗਿਆ ਉਹ ਸੈੱਟ ਨੂੰ ਦੇ ਦਿੱਤੀ। ਬਿਲਕੁਲ। ਅਤੇ ਸੈੱਟ ਨੇ ਬਕਾਇਦਾ ਰੂਪ ਦੇ ਵਿੱਚ ਜਿਹੜੀ ਸਨਾਰੀਓ ਜੇਲ੍ਹ ਆ ਹਰਿਆਣੇ 'ਚ, ਹਾਂਜੀ, ਉਹਨਾਂ ਨੂੰ ਬਕਾਇਦਾ ਰੂਪ ਦੇ ਵਿੱਚ ਲਿਖਤੀ ਕਾਰਵਾਈ ਆ ਜਿਹੜੀ ਉਹ ਭੇਜੀ ਕਿ ਅਸੀਂ 2 ਅਪ੍ਰੈਲ ਵਾਲੇ ਦਿਨ ਸੌਦਾ ਸਾਧ ਤੋਂ ਜੇਲ੍ਹ 'ਚ ਆ ਕੇ ਪੁੱਛ ਗਿੱਛ ਕਰਨੀ ਚਾਹੁੰਦੇ ਹਾਂ, ਮਤਲਬ ਆ ਰਹੇ ਹਾਂ ਅਸੀਂ। ਪਰੰਤੂ ਹੁਣ ਮੁੱਦਾ ਇਹ ਆ ਕਿ ਜੇਲ੍ਹ ਪ੍ਰਸ਼ਾਸਨ ਨੇ ਅੱਜ ਉਹਨਾਂ ਨੂੰ ਸੌਦਾ ਸਾਧ ਨੂੰ ਪੁੱਛ ਗਿੱਛ ਕਰਨ ਦੀ ਆਗਿਆ ਨਹੀਂ ਦਿੱਤੀ। ਬਹਾਨਾ ਕੀ ਲਾਇਆ ਗਿਆ? ਸੁਰੱਖਿਆ ਦਾ। ਹੁਣ ਦੇਖੋ, ਸਰਕਾਰ ਦੇ ਮੁਲਾਜ਼ਮ ਨੇ, ਵੱਡੇ ਪੁਲਿਸ ਅਫਸਰ ਨੇ, ਹੁਣ ਉਹਨਾਂ ਤੋਂ ਜੇਲ੍ਹ ਦੀ ਸੁਰੱਖਿਆ ਨੂੰ ਕੀ ਖਤਰਾ? ਬਿਲਕੁਲ, ਕੋਈ ਭੀੜ ਤਾਂ ਚੱਲੀ ਨਹੀਂ ਅੰਦਰ, ਕੋਈ ਆਮ ਬੰਦਾ ਨਹੀਂ ਚੱਲਿਆ ਅੰਦਰ। ਜਿਹੜੀ ਮਤਲਬ ਆਈ ਜੀ ਪੱਧਰ ਦੇ ਅਫਸਰ ਨੇ ਪੰਜਾਬ ਪੁਲਿਸ ਦੇ, ਉਹ ਉਹਦੀ ਪੁੱਛ ਗਿੱਛ ਕਰਨ ਜਾ ਰਹੇ ਨੇ। ਸੋ ਉਹਨਾਂ ਤੋਂ ਜੇਲ੍ਹ ਦੀ ਸੁਰੱਖਿਆ ਨੂੰ ਕੀ ਖਤਰਾ ਸੀ, ਜਿਹੜੀ ਮਤਲਬ ਸੁਰੱਖਿਆ ਦਾ ਬਹਾਨਾ ਬਣਾ ਕੇ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਹਨੇ ਅੱਜ ਉਹਨਾਂ ਨੂੰ ਆਗਿਆ ਨਹੀਂ ਦਿੱਤੀ। ਹੁਣ ਗੱਲ ਸਾਡੇ ਸਾਹਮਣੇ ਆ ਕਿ ਸੌਦਾ ਸਾਧ ਜਿਹੜਾ ਉਹਨੇ ਪਿਛਲੀ ਵਾਰ ਹਰਿਆਣੇ 'ਚ ਪੂਰਨ ਰੂਪ ਦੇ ਵਿੱਚ ਭਾਜਪਾ ਦੀ ਨੰਗੀ ਚਿੱਟੀ ਮਦਦ ਆ ਜਿਹੜੀ ਉਹ ਕੀਤੀ, ਸੌਦਾ ਸਾਧ ਨੂੰ ਹਰਿਆਣਾ ਸਰਕਾਰ ਨੇ ਕਿਵੇਂ ਹੱਥ ਪਾ ਲਿਆ ਉਹ ਸਾਰੀ ਕਹਾਣੀ ਉਹ ਵੀ ਜੱਗ ਜਾਣਦਾ ਵਾ ਕਿ ਉਹ ਡੇਰੇ 'ਤੇ ਸਰਕਾਰ ਆ ਜਿਹੜੀ RSS ਦੇ ਰਾਹੀਂ ਕਬਜ਼ਾ ਸੋ। ਸੋ ਪਰੰਤੂ ਹੁਣ ਕਿਉਂਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ, ਉਹ ਤੋਂ ਬਾਅਦ ਵਿਧਾਨ ਸਭਾ ਦੀਆਂ ਹਰਿਆਣੇ ਦੀਆਂ ਚੋਣਾਂ ਉਹ ਵੀ ਸਿਰ 'ਤੇ ਨੇ, ਪਰੰਤੂ ਸੌਦਾ ਸਾਧ ਜਿਹੜਾ
ਬਲਾਤਕਾਰ ਦੇ ਕੇਸ 'ਚ ਵੀ ਆ, ਸਾਧਵੀਆਂ ਦੇ ਜਿਹੜਾ ਦੂਸਰਾ ਆਪਣੇ ਸਾਧੂ ਆ ਜਿਹੜੇ ਉਹਨਾਂ ਦੇ ਕੇਸ 'ਚ ਵੀ ਆ, ਕਤਲ ਦੇ ਕੇਸ 'ਚ ਵੀ ਆ, ਪਰੰਤੂ ਉਹਦੇ ਬਾਵਜੂਦ ਵੀ ਜਿਹੜੇ ਉਹਦੇ ਅੰਨੇ ਭਗਤ ਨੇ ਉੱਥੇ ਖੜ੍ਹੇ ਆ ਜੇ। ਬਿਲਕੁਲ ਬਿਲਕੁਲ, ਆਮ ਸੀ ਜਿਹੜਾ ਸਧਾਰਨ ਸੀ ਚੇਲਾ ਉਹਦਾ, ਉਹਦਾ ਪਿੱਛੇ ਹਟ ਗਿਆ, ਪਰੰਤੂ ਜਿਹੜੇ ਉਹਦੇ ਅੰਨੇ ਭਗਤ ਸੀ ਉਹ ਅੱਜ ਵੀ ਉੱਥੇ ਹੀ ਖੜ੍ਹੇ ਆ। ਸੋ ਹਰਿਆਣਾ ਸਰਕਾਰ ਆ ਜਿਹੜੀ ਉਹ ਨਹੀਂ ਚਾਹੁੰਦੀ, ਕਿਉਂਕਿ ਭਾਜਪਾ ਅਤੇ ਬਾਦਲਾਂ ਦੀ ਭਾਈਵਾਲੀ ਆ। ਬਿਲਕੁਲ, ਕਿਉਂਕਿ ਸੌਦਾ ਸਾਹਿਬ ਦੀ ਪੁੱਛਗਿੱਛ ਦਾ ਮਤਲਬ ਕੀ ਆ ਬਾਦਲ ਕੇ। ਬਿਲਕੁਲ, ਕਿਉਂਕਿ ਸੌਦਾ ਸਾਹਿਬ ਅਤੇ ਬਾਦਲ ਕਹਿ ਦੀ ਜਿਹੜੀ ਜਿਹੜੀ ਜਾਰੀ ਆ, ਜਿਹੜੀ ਜੋਟੀ ਆ, ਜਿਹੜੀ ਇੱਕ ਦੂਜੇ ਦੇ ਨਾਲ ਉਹਨਾਂ ਨੇ ਖੇਡ ਖੇਡੀ ਆ ਜਾਂ ਸੌਦਾ ਕੀਤਾ, ਉਹ ਸੌਦਾ ਸਾਹਿਬ ਨੇ ਤਾਂ ਉਹੀ ਦੱਸਣਾ ਨਾ ਕਿ ਮੈਨੂੰ ਤਾਂ ਜੀ ਬਾਦਲਾਂ ਨੇ ਆ ਕਿਹਾ ਸੀ, ਮੈਨੂੰ ਤਾਂ ਜੀ ਬਾਦਲਾਂ ਨੇ ਆ ਕਿਹਾ ਸੀ। ਸੋ ਸੌਦਾ ਸਾਹਿਬ ਦੀ ਪੁੱਛਗਿੱਛ ਦਾ ਮਤਲਬ ਆ ਬਾਦਲ ਕੇ ਆ ਜਿਹੜੇ ਉਹ ਨੰਗੇ ਹੋਣੇ ਆ, ਜਿਹੜੇ ਮਤਲਬ ਹੁਣ ਤੱਕ ਦੋਸ਼ ਆ ਜਿਹੜੇ ਉਹਨਾਂ 'ਤੇ ਲੱਗ ਰਹੇ ਨੇ ਉਹ ਦੋਸ਼ ਆ ਜਿਹੜੇ ਉਹ ਸਾਬਤ ਹੋਣੇ ਆ। ਸੋ ਹਰਿਆਣਾ ਸਰਕਾਰ ਇਸ ਵੇਲੇ ਇਹ ਨਹੀਂ ਸੀ ਚਾਹੁੰਦੀ ਕਿ ਜਿਹੜੀ ਸੈੱਟ, ਕਿਉਂਕਿ ਹੁਣ ਇਸ ਵੇਲੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆ, ਕਾਂਗਰਸ ਦੀ ਸਰਕਾਰ ਵੱਲੋਂ ਹੀ ਉਹ ਜਿਹੜੀ ਸੈੱਟ ਆ ਉਹ ਨਿਯੁਕਤ ਕੀਤੀ ਹੋਈ ਆ। ਸੋ ਉਹ ਮਤਲਬ ਇਹ ਨਹੀਂ ਚਾਹੁੰਦੇ ਕਿ ਚੋਣਾਂ ਤੋਂ ਪਹਿਲਾਂ ਕਿਸੇ ਢੰਗ ਤਰੀਕੇ ਦੇ ਨਾਲ ਜਿਹੜੀ ਸੈੱਟ ਆ ਜਾਂ ਜਿਹੜੀ ਪੰਜਾਬ ਦੀ ਸਰਕਾਰ ਆ ਉਹਦੇ ਹੱਥ ਆ ਉਹ ਬਾਦਲਾਂ ਦੇ ਗਰੇਬਾਂ ਤੱਕ ਚਲੇ ਜਾਣ। ਸੋ ਇਸ ਕਰਕੇ ਬਹਾਨਾ ਘੜ ਕੇ ਇੱਕ ਵਾਰੀ ਆ ਜਿਹੜਾ ਉਹ ਟਾਲਿਆ ਗਿਆ ਵਾ, ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ ਇਹ ਸਿਰਫ ਉਹਦੀ ਰਾਜਨੀਤੀ ਆ, ਉਹਦੀ ਰਾਜਨੀਤੀ ਕਰਕੇ ਜਿਹੜਾ ਸੱਚ ਆ ਉਹਨੂੰ ਸਾਹਮਣੇ ਆਉਣ ਤੋਂ ਰੋਕਿਆ ਜਾ ਰਿਹਾ। ਬਿਲਕੁਲ, ਇੱਥੋਂ ਇਹ ਗੱਲ ਸਾਬਤ ਹੋ ਜਾਂਦੀ ਆ ਕਿ ਧਰਮ ਦੇ ਉੱਤੇ ਵੀ ਸਿਆਸਤ ਦਾ ਬਹੁਤ ਵੱਡਾ ਕਾਲਾ ਪਰਛਾਵਾਂ ਪਿਆ ਹੋਇਆ ਹੈ ਹੀ ਆ ਜੀ। ਹੁਣ ਗੱਲ ਤਾਂ ਇਹੀ ਆ ਵੀ ਧਰਮ ਤਾਂ ਰਹਿ ਹੀ ਨਹੀਂ ਗਿਆ, ਧਰਮ ਅਤੇ ਰਾਜਨੀਤੀ ਭਾਰੂ ਹੋਣ ਦੇ ਕਾਰਨ ਜੇ ਹੁਣ ਅੱਜ ਅਸੀਂ ਸਿੱਖੀ ਦੀ ਨਿਗਾਰ ਦੀ ਗੱਲ ਕਰਦੇ ਹਾਂ, ਉਹਦਾ ਕਾਰਨ ਵੀ ਕੀ ਆ ਕਿ ਧਰਮ ਅਤੇ ਜਿਹੜੀ ਆ ਰਾਜਨੀਤੀ ਉਹ ਭਾਰੂ ਹੋ ਗਈ ਆ। ਹੁਣ ਅੱਜ ਕੱਲ੍ਹ ਜਿਹੜੀ ਘਟਨਾ ਚੱਲ ਰਹੀ ਆ ਸਾਡੇ ਸਾਹਮਣੇ, ਆਪਣਾ ਜਿਹੜੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਊਟੀ ਢਾਈ ਗਈ ਆ, ਹੁਣ ਜਿਹੜਾ ਉੱਥੋਂ ਦਾ ਜਿਹੜਾ ਜਨਰਲ ਮੈਨੇਜਰ ਇਹਨਾਂ ਨੇ ਪ੍ਰਤਾਪ ਸਿੰਘ ਜਿਹਨੂੰ ਮਤਲ ਕੀਤਾ, ਉਹਨੇ ਅੱਜ ਸਾਫ਼ ਬਿਆਨ ਇਹ ਦੇ ਦਿੱਤਾ ਕਿ ਮੈਨੂੰ ਤਾਂ ਜੀ ਅਕਾਲੀ ਆਗੂ ਦਾ, ਇੱਕ ਵੱਡੇ ਅਕਾਲੀ ਆਗੂ ਦਾ ਫੋਨ ਆਇਆ ਸੀ, ਉਹਨੇ ਮੇਰੇ 'ਤੇ ਦਬਾਅ ਪਾਇਆ ਸੀ ਕਿ ਬਾਬੇ ਨੂੰ ਦਰਸ਼ਨ ਡਿਊਟੀ ਢਾਉਣ ਦੀ ਆਗਿਆ ਦਿਓ। ਸੋ ਇਹ ਬਿਲਕੁਲ ਹੁਣ ਗੱਲ ਉੱਥੇ ਹੈਗੀ ਨਾ ਵੀ ਹਰ ਗੱਲ 'ਚ ਰਾਜਨੀਤੀ ਆ ਜਿਹੜੀ ਉਹ ਭਾਰੀ ਆ, ਜਿਹੜੀ ਹੁਣ ਦਰਸ਼ਨੀ ਡਿਊਟੀ ਨੂੰ ਢਾਉਣ 'ਚ ਅੱਜ ਤੱਕ ਤਾਂ ਬਾਬੇ 'ਤੇ ਹੀ ਦੋਸ਼ ਲਾਈ ਜਾਂਦੇ ਆ, ਸ਼੍ਰੋਮਣੀ ਕਮੇਟੀ ਵੀ ਬਾਬੇ ਦੇ ਵਿਰੋਧ 'ਚ ਖੜ੍ਹੀ ਹੋ ਗਈ ਆ, ਪਰੰਤੂ ਹੁਣ ਖੁਦ ਸ਼੍ਰੋਮਣੀ ਕਮੇਟੀ ਵੀ ਅਤੇ ਬਾਦਲ ਦਲ ਦੇ ਉਹ ਜਦੋਂ ਪ੍ਰਤਾਪ ਸਿੰਘ ਨੇ ਇਲਜ਼ਾਮ ਲਾਤਾ ਕਿ ਵੱਡੇ ਅਕਾਲੀ ਆਗੂ ਦਾ ਮੈਨੂੰ ਫੋਨ ਆਇਆ, ਸੋ ਹੁਣ ਵੱਡਾ ਅਕਾਲੀ ਆਗੂ ਕੌਣ ਸੀ ਉਹ ਵੀ ਨੰਗਾ ਚਿੱਟਾ ਹੋਣਾ ਚਾਹੀਦਾ। ਸੋ ਬਾਦਲ ਕੇ ਵੀ ਨੰਗੇ ਚਿੱਟੇ ਹੋਣਗੇ ਦਰਸ਼ਨੀ ਡਿਊਟੀ ਨੂੰ ਟਹਾਉਣ 'ਚ, ਸ਼੍ਰੋਮਣੀ ਕਮੇਟੀ ਵੀ ਨੰਗੀ ਚਿੱਟੀ ਹੋਊਗੀ। ਸੋ ਇਹ ਬਿਲਕੁਲ ਜਦਕਿ ਇਹ ਗੱਲ ਬੜੀ ਸਪੱਸ਼ਟ ਆ ਕਿ ਜਿਹੜੇ ਗਿਆਨੀ ਪ੍ਰਤਾਪ ਸਿੰਘ ਨੇ ਉਹ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਰਹੇ ਨੇ ਬਹੁਤ ਲੰਬਾ ਸਮਾਂ, ਔਰ ਬੜਾ ਪੁਖਤਾ ਤਰੀਕੇ ਨਾਲ ਉਹਨੇ ਪ੍ਰਬੰਧ ਚਲਾਇਆ, ਔਰ ਬੜੇ ਸੀਨੀਅਰ ਮੈਂਬਰ ਨੇ ਉਹਨੇ ਬੜੀ ਬੜੀ ਮਤਲਬ ਇੱਕ ਬੜਾ ਮਤਲਬ ਡੂੰਘੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਹੈ। ਉਹ ਕਹਿੰਦਾ ਜੀ ਮੈਂ ਸ਼੍ਰੋਮਣੀ ਕਮੇਟੀ ਨੂੰ ਲਿਖ ਕੇ ਭੇਜਿਆ ਸੀ ਕਿ ਦਰਸ਼ਨੀ ਡਿਊਟੀ ਮੁਰੰਮਤ ਮੰਗਦੀ ਆ। ਬਿਲਕੁਲ ਮੁਰੰਮਤ ਮੰਗਦੀ ਆ, ਕਹਿੰਦਾ ਜਦੋਂ ਮੈਂ ਇਹ ਲਿਖ ਕੇ ਭੇਜਿਆ ਤੇ ਮੇਰੀ ਬਦਲੀ ਕਰਤੀ। ਅੱਛਾ ਜੀ, ਮੇਰੀ ਬਦਲੀ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਮਤਾ ਪਾ ਲਿਆ ਕਿ ਦਰਸ਼ਨੀ ਡਿਊਟੀ ਦੀ ਮੁਰੰਮਤ ਨਹੀਂ ਹੋ ਸਕਦੀ, ਇਹਨੂੰ ਤਾਂ ਢਾਇਆ ਹੀ ਜਾਣਾ। ਸ਼੍ਰੋਮਣੀ ਕਮੇਟੀ ਦਾ ਮਤਾ ਹੈ। ਇਹਦਾ ਕੀ ਕਾਰਨ, ਢਾਉਣ ਦਾ ਕੀ ਕਾਰਨ ਸੀ? ਕਾਰਸੇ ਵਾਲਿਆਂ ਨੂੰ ਢਾ ਦਿੱਤਾ ਜਾਵੇ, ਰੌਲਾ ਤਾਂ ਉਹੀ ਆ ਕਾਰਸੇ ਵਾਲਿਆਂ ਤੋਂ। ਹੁਣ ਆਹ ਜਿਹੜੀ ਹੁਣ ਗੱਲ ਉਹਨੇ ਪ੍ਰਤਾਪ ਸਿੰਘ ਨੇ ਕਹੀ ਆ, ਜਿਹੜੀ ਮਤਲਬ ਵੀ ਅਕਾਲੀ ਆਗੂ ਆ ਜਿਹਨੇ ਉਹਨੂੰ ਫੋਨ ਕਰਕੇ ਉੱਥੇ ਦਬਾਅ ਪਾਇਆ, ਹੁਣ ਤੁਸੀਂ ਮਤਲਬ ਤਰਨ ਤਾਰਨ ਸਾਹਿਬ ਦੇ ਇਲਾਕੇ ਚਲੇ ਜਾਓ, ਮੂੰਹ ਮੂੰਹ ਸੰਗਤ ਦੀ ਗੱਲ ਕਹਿੰਦੀ ਆ ਕਿ ਜਿਹੜਾ ਕਰਮੂ ਵਾਲਾ ਵਾ ਜਿਹੜਾ ਜਨਰਲ ਸਕੱਤਰ ਆ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ, ਉਹਨੇ 50 ਲੱਖ ਰੁਪਇਆ ਲਿਆ ਬਾਬੇ ਤੋਂ।
ਸੋ ਇਹ ਗਲਤ ਗੱਲ ਤਾਂ ਪੈਸੇ ਦੀ ਹੈ, ਸਾਰੀ ਖੇਡ ਹੀ ਪੈਸੇ ਦੀ ਹੈ, ਕਾਰ ਸੇਵਾ ਸਾਰੀ ਖੇਡ ਹੀ ਪੈਸੇ ਦੀ ਬਣ ਗਈ ਹੈ। ਕਹਿੰਦਾ ਸਰ ਇੱਕ ਗੱਲ ਹੋਰ ਜਿਹੜੀ ਆ ਦਰਸ਼ਕਾਂ ਦੇ ਸਾਹਮਣੇ ਇਹ ਸਪਸ਼ਟ ਹੋਣੀ ਚਾਹੀਦੀ ਆ ਕਿ ਕਾਰ ਸੇਵਾ ਦੇਣ ਦੇ ਬਦਲੇ ਬਾਬਿਆਂ ਕੋਲੋਂ ਰਿਸ਼ਵਤ ਜਾਂ ਬਾਬੇ ਰਿਸ਼ਵਤ ਕਿਉਂ ਦਿੰਦੇ ਨੇ, ਬਾਬਿਆਂ ਨੂੰ ਕੀ ਲਾਲਚ ਆ ਰਿਸ਼ਵਤ ਦੇਣ ਦਾ, ਇਹ ਇਹ ਵੀ ਗੱਲ ਸਪਸ਼ਟ ਹੋਣੀ ਚਾਹੀਦੀ ਹੈ। ਕਿਉਂਕਿ ਪਹਿਲਾਂ ਵੀ ਆਲਮਗੀਰ ਦੀ ਜਦੋਂ ਕਾਰ ਸੇਵਾ ਦਾ ਮੁੱਦਾ ਸਾਹਮਣੇ ਆਇਆ ਸੀ ਬਾਬੇ ਭਿੰਦੇ ਵਾਲਾ, ਉਦੋਂ ਵੀ ਦੋਸ਼ ਲੱਗਿਆ ਸੀ ਕਿ ਬਾਬੇ ਭਿੰਦੇ ਨੇ ਕਾਰ ਦਿੱਤੀ ਆ, ਬੜੀ ਇਨੋਵਾ ਦਿੱਤੀ ਆ ਗੱਡੀ, ਇਨੋਵਾ ਗੱਡੀ ਜਿਹੜੀ ਆ ਉਹ ਦਿੱਤੀ ਆ। ਇਹ ਕੀ ਕਾਰਨ ਆ ਕਿ ਬਾਬੇ ਕਿਉਂ ਦਿੰਦੇ ਨੇ ਇੱਦਾਂ ਦੀ, ਕੀ ਕਾਰਨ ਬਾਬਿਆਂ ਨੂੰ ਕੀ ਲਾਲਚ ਹੈ ਇਸ ਬਾਰੇ? ਭੁੱਬੀ ਭਾਅ ਜੀ ਇਹ ਹੁਣ ਕਾਰਨ ਤਾਂ ਸਾਰੇ ਹੀ ਜਾਣਦੇ ਆ, ਆਪਾਂ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਵਾਂ, ਆਪਣੇ ਦਰਸ਼ਕ ਵੀ ਜਾਣਦੇ ਨੇ, ਕਾਰ ਸੇਵਾ ਦੇ ਨਾਂ 'ਤੇ ਸੰਗਤ ਤੋਂ ਜਿਹੜੀ ਮਾਇਆ ਇਕੱਠੀ ਹੁੰਦੀ ਆ। ਹੁਣ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਜਿੱਥੇ ਕਾਰ ਸੇਵਾ ਸ਼ੁਰੂ ਹੋਈ ਆ, ਕਿਤੇ 20 ਸਾਲ ਹੋ ਗਿਆ, ਕਿਤੇ 30 ਸਾਲ ਹੋ ਗਿਆ, ਕਿਤੇ 15 ਸਾਲ ਹੋ ਗਿਆ, ਕਿਤੇ ਮੁੱਕੀ ਆ। ਇਹਦਾ ਸਰ ਇੱਕ ਹੋਰ ਮੈਂ ਨਵੀਂ ਜਾਣਕਾਰੀ ਦੇਣੀ ਚਾਹੁੰਦਾ ਕਿ ਬੀਤੀ ਕੱਲ੍ਹ ਅਸੀਂ ਫਤਿਹਗੜ੍ਹ ਸਾਹਿਬ ਗਏ ਅਤੇ ਉੱਥੇ ਜਿਹੜੀ ਦੀਵਾਨ ਟੋਡਰਮੱਲ ਦੀ ਹਵੇਲੀ ਆ ਜੀ, ਉਹ ਸ਼੍ਰੋਮਣੀ ਕਮੇਟੀ ਨੇ ਉਹਦੀ ਮੁਰੰਮਤ ਸ਼ੁਰੂ ਕਰਵਾ ਕੇ ਵਿਚਾਲੇ ਛੱਡ ਦਿੱਤੀ ਸੀ ਜੀ, ਔਰ ਉੱਥੇ ਇੱਕ ਸਾਨੂੰ ਦੱਖਣੀ ਸਿੰਘ ਮਿਲਿਆ ਜਿਹੜਾ ਬੈਠਾ ਸੀਗਾ ਇਕੱਲਾ ਹੀ, ਉਹ ਕਹਿੰਦਾ ਜੀ ਹੁਣ ਇਹ ਕਾਰ ਸੇਵਾ ਵਾਲੇ ਬਾਬੇ ਨੂੰ ਸੌਂਪ ਦਿੱਤੀ ਆ, ਉਹਨਾਂ ਨੇ ਕਿਹਾ ਵੀ ਇਹਦੀ ਜਿਹੜੀ ਕਾਰ ਸੇਵਾ ਉਹ ਜਲਦੀ ਸ਼ੁਰੂ ਕੀਤੀ ਜਾਊਗੀ ਔਰ ਪ੍ਰਾਤਨੇਟ ਨੂੰ ਚੂਨੇ ਨਾਲ ਲਾ ਕੇ ਇਹਨੂੰ ਇਸ ਤਰ੍ਹਾਂ ਬਣਾਇਆ ਜਾਊਗਾ, ਔਰ ਇਹ ਕੋਈ ਵੀ ਮੌਕਾ ਜਿਹੜਾ ਕਾਰ ਸੇਵਾ ਵਾਲੇ ਜਾਣ ਨਹੀਂ ਦਿੰਦੇ ਇਸ ਗੱਲ ਤੋਂ। ਭਾਈ ਜਦੋਂ ਵਪਾਰ ਬਣ ਗਿਆ, ਹੁਣ ਕਾਰ ਸੇਵਾ ਤਾਂ ਰਹੀ ਨਹੀਂ, ਤਾਂ ਵਪਾਰ ਸੇਵਾ ਹੋ ਗਈ ਆ, ਬਿਲਕੁਲ ਮਾਇਆ ਦੀ ਸੇਵਾ ਹੋ ਗਈ ਆ, ਕਿਤੇ ਹੁਣ ਡਾਂਗ ਦੀ ਸੇਵਾ ਹੋ ਗਈ ਆ, ਹੁਣ ਅੱਜ ਮੈਂ ਇਹਨਾਂ ਨੇ ਉੱਥੇ ਕਰਤਾ ਤਰਨ ਤਾਰਨ। ਸੋ ਉਹ ਜਿਹੜਾ ਮਤਲਬ ਕਾਰ ਸੇਵਾ ਵਰਗੀ ਮਹਾਨ ਪਵਿੱਤਰ ਪਿਰਤ ਆ ਜਿਹੜੀ ਅਸੀਂ ਆਪਣੇ ਦਰਸ਼ਕਾਂ ਦੇ ਰਾਹੀਂ ਸਮੁੱਚੇ ਪੰਥ ਨੂੰ ਇਸ ਗੱਲ ਦੇ ਲਈ ਜਾਗਰੂਕ ਕਰਨ ਦਾ ਹੋਕਾ ਲਗਾਤਾਰ ਦੇ ਰਹੇ ਹਾਂ, ਹੁਣ 3 ਦਿਨ ਹੋ ਗਏ ਨੇ ਕਿ ਜਾਗੋ ਜਾਗੋ ਪੰਥ ਜੀ ਜਾਗੋ। ਬਿਲਕੁਲ ਜਾਗਣ ਦੀ ਲੋੜ ਆ ਜੀ, ਸਮਾਂ ਹੁਣ ਘਰ ਆ ਜਿਹੜਾ ਸਾਡਾ ਖਾਲਸਾ ਪੰਥ ਦਾ ਘਰ ਆ, ਉਹਨੂੰ ਚਾਰੇ ਪਾਸੇ ਸੰਨ ਲੱਗ ਗਈ ਹੋਈ ਆ, ਚਾਰੇ ਪਾਸੇ ਉਹਦੇ ਲੁਟੇਰੇ ਨੇ, ਸੋ ਜਾਗੋ ਜਾਗੋ, ਬਿਲਕੁਲ ਜਾਗਣਾ ਚਾਹੀਦਾ ਜੀ। ਇਹਦਾ ਸਾਹਿਬ ਇੱਕ ਹੋਰ ਜਿਹੜੀ ਖਬਰ ਆ ਬੜੀ ਸਨਸਨੀਖੇਜ਼ ਖਬਰ ਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਰਾਣਿੰਦਰ ਸਿੰਘ ਉਹਨਾਂ ਦੇ ਜਿਹੜੇ ਸਪੁੱਤਰ ਨੇ, ਉਹਨੂੰ ਹਾਈਕੋਰਟ ਵੱਲੋਂ ਤਲਬ ਕੀਤਾ ਗਿਆ। ਇਹਦੇ ਬਾਰੇ ਦਰਸ਼ਕਾਂ ਨੂੰ ਜ਼ਰਾ ਜਾਣਕਾਰੀ ਦਿਓ ਵੀ ਇਹ ਕੀ ਮਾਮਲਾ, ਤਲਬ ਕਰਨ ਦਾ ਕਾਰਨ ਕੀ ਹੈ? ਪੰਮੀ ਭਾਅ ਜੀ ਇਹ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਬੇਟੇ ਰਾਣਿੰਦਰ ਦੇ ਵਿਰੁੱਧ ਜਿਹੜਾ ਹਾਈਕੋਰਟ ਦੇ ਵਿੱਚ ਮੁੱਦਾ ਜਿਹੜਾ ਚੱਲ ਰਿਹਾ ਵਾ, ਮੁਕੱਦਮਾ ਜਿਹੜਾ ਚੱਲ ਰਿਹਾ ਵਾ, ਜਿਹੜਾ 22 ਜੁਲਾਈ 2011 ਤੋਂ ਜਿਹੜੀਆਂ ਫਾਈਲਾਂ ਸੀ ਉਹਨਾਂ ਹਾਈਕੋਰਟ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਕਿ ਇਹਨਾਂ ਦੇ ਮਤਲਬ ਕੈਪਟਨ ਪਰਿਵਾਰ ਦੇ ਵਿਦੇਸ਼ੀ ਕੰਪਨੀਆਂ ਨਾਲ ਸੰਬੰਧ ਨੇ। ਉਹ ਜਿਹੜੀਆਂ ਫਾਈਲਾਂ ਜਮ੍ਹਾਂ ਕਰਾਈਆਂ ਉਹ ਇਸ ਗੱਲ ਦੀ ਵਿਆਖਿਆ ਕਰਦੀਆਂ ਨੇ ਕਿ ਇਸ ਪਰਿਵਾਰ ਦੇ ਵਿਦੇਸ਼ੀ ਕੰਪਨੀਆਂ ਨਾਲ ਸੰਬੰਧ ਨੇ, ਜਿਹੜਾ ਪਿੱਛੇ ਦੋਸ਼ ਵੀ ਲੱਗਦਾ ਰਿਹਾ ਕਿ ਬਾਹਰਲੇ ਬੈਂਕਾਂ 'ਚ ਇਹਨਾਂ ਦਾ ਪੈਸਾ ਵੀ ਆ। ਸੋ ਉਹ ਜਿਹੜਾ ਹੁਣ ਹਾਈਕੋਰਟ ਨੇ ਦੁਆਰਾ ਇਹਨਾਂ ਨੂੰ ਜਿਹੜੀ ਉਹਦੀ ਸੁਣਵਾਈ ਆ 25 ਅਪ੍ਰੈਲ ਨੂੰ ਹੋਣੀ ਆ, 25 ਅਪ੍ਰੈਲ ਨੂੰ ਇਹਨਾਂ ਨੂੰ ਤਲਬ ਕੀਤਾ ਦੋਨਾਂ ਪਿਓ ਪੁੱਤਰਾਂ ਨੂੰ ਕਿ ਉਹ ਇਸ ਮੁੱਦੇ 'ਤੇ ਹਾਈਕੋਰਟ 'ਚ ਪੇਸ਼ ਹੋਣਗੇ। ਸੋ ਚੋਣਾਂ ਦੇ ਦਿਨਾਂ 'ਚ ਆ ਕੇ ਇੱਕ ਇਹੋ ਜਿਹੇ ਗੰਭੀਰ ਮੁੱਦੇ 'ਤੇ ਹਾਈਕੋਰਟ 'ਚ ਪੇਸ਼ ਹੋਣਾ, ਬਿਲਕੁਲ, ਸੋ ਉਹ ਮਤਲਬ ਇੱਕ ਤਰ੍ਹਾਂ ਦੀ ਕੈਪਟਨ ਪਰਿਵਾਰ ਲਈ ਵੀ ਅਤੇ ਇੱਥੋਂ ਦੀ ਜਿਹੜੀ ਕਾਂਗਰਸ ਆ ਪੰਜਾਬ ਦੀ ਉਹਦੇ ਲਈ ਵੀ ਇੱਕ ਵੱਡਾ ਝਟਕਾ ਵਾ ਇਹ ਹਾਈਕੋਰਟ ਦਾ, ਕਿ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਮਸਲਾ ਵਾ ਇਹ, ਬਿਲਕੁਲ ਨਵੇਂ ਸਵਾਲ ਖੜੇ ਹਾਂ, ਅਤੇ ਉਹ ਉਸ ਦੇ ਵਿੱਚ ਇੱਕ ਦੋਸ਼ੀਆਂ ਦੀ ਕਤਾਰ 'ਚ ਜਾ ਕੇ ਖੜਾ ਹੋ ਜਾਣਾ, ਹਾਜ਼ਰ ਹੋਦਾ ਜਿਹੜਾ ਉੱਥੇ ਆਵਾਜ਼ਾਂ ਪੈਣਾ ਵਾ, ਸੋ ਉਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਝਟਕਾ ਹੈ। ਬਿਲਕੁਲ ਜੀ, ਮੈਨੂੰ ਆਸ ਆ ਕਿ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਚੁੱਕੀ ਆ। ਇਹਨਾਂ ਸਾਹਿਬ ਅਗਲੀ ਜਿਹੜੀ ਖਬਰ ਆ ਕਿ ਸਾਡੇ ਬਹੁਤ ਹੀ ਪੰਜਾਬ ਸਰਕਾਰ ਦੇ ਵਿੱਚ ਵੱਡੇ ਅਹੁਦੇ 'ਤੇ ਰਹੇ ਦਰਬਾਰਾ ਸਿੰਘ ਗੁਰੂ, ਜਿਨ੍ਹਾਂ ਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਉਹਨਾਂ ਦੇ ਵਿਰੁੱਧ ਚੋਣ ਲੜੀ ਸੀ ਵਿਧਾਇਕੀ ਦੀ, ਪਰ ਚੋਣ ਹਾਰ ਗਏ ਸੀ।
ਬਾਅਦ ਵਿੱਚ ਉਹਨਾਂ ਨੇ ਇਸ ਦੇ ਖਿਲਾਫ ਰਿੱਟ ਵੀ ਲਾਈ, ਉਹਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਔਰ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਆਂ ਨੇ ਦਰਬਾਰਾ ਸਿੰਘ ਗੁਰੂ ਨੂੰ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਵਾਸਤੇ ਉਮੀਦਵਾਰ ਐਲਾਨਿਆ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਸੀਨੀਅਰ ਆਈ ਐੱਸ, ਸਾਬਕਾ ਸੀਨੀਅਰ ਆਈ ਐੱਸ ਅਫਸਰ, ਜਦੋਂ ਉਹਨੂੰ ਉੱਥੋਂ ਉਮੀਦਵਾਰ ਐਲਾਨਿਆ ਗਿਆ ਅਤੇ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਹੱਥ ਲਾਏ। ਇਹ ਸਾਡੇ ਜਿਹੜੇ ਆਈ ਐੱਸ ਅਫਸਰ ਨੇ, ਸਾਬਕਾ ਆਈ ਐੱਸ ਅਫਸਰ ਸੀਨੀਅਰ ਨੇ, ਔਰ ਬੜਾ ਨਾਂ ਉਹਨਾਂ ਨੇ ਖੱਟਿਆ ਸੀ ਇਸ ਮਾਮਲੇ ਦੇ ਵਿੱਚ ਆਪਣੇ ਸਰਕਾਰੀ ਦਰਬਾਰੇ। ਇਹ ਕੀ ਦਰਸਾਉਂਦਾ ਵਾ ਉਹਨਾਂ ਦਾ ਪੈਰੀਂ ਹੱਥ ਲਾਉਣਾ? ਮੈਂ ਭਾਅ ਜੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਗੱਲ ਕਹੀ ਹੈ, ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਵੀ ਦਰਬਾਰਾ ਸਿੰਘ ਗੁਰੂ ਨੇ ਕੋਈ ਨਾਮ ਖੱਟਿਆ ਸੀ। ਨਾਮ ਕੀ ਖੱਟਿਆ ਸੀ ਉਹਨੇ? ਵੀ ਨਕੋਦਰ ਆ ਜਿਹੜਾ ਗੋਲੀ ਕਾਂਡ ਆ, ਉਦੋਂ ਇਹ ਉੱਥੇ ADC ਆ, ਚਾਰ ਸਾਡੇ ਸਿੱਖ ਨੌਜਵਾਨ ਨੇ ਜਿਹੜੇ ਉਹ ਸ਼ਹੀਦ ਹੋਏ, ਪੰਜ ਗੁਰੂ ਸਾਹਿਬਾਨ ਸੀ ਜਿਹੜੇ ਉਹ ਅਗਨ ਭੇਟ ਹੋਏ। ਸੋ ਇਹ ਉਸ ਕਰਤੂਤ ਦੇ ਮਾਲਕ 'ਚ ਸ਼ਾਮਿਲ ਆ। ਸੋ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹੋ ਜਿਹੇ ਬੰਦੇ ਜਿਹੜੇ ਹੁਣ ਦੇਖੋ ਤੁਸੀਂ, ਮਤਲਬ ਚਲੋ ਪਹਿਲਾਂ ਤਾਂ ਉਹ ਦਾੜੀ ਕੱਟਦਾ ਸੀਗਾ, ਹੁਣ ਉਹਨੇ ਆਪਣਾ ਦਾੜਾ ਪ੍ਰਕਾਸ਼ ਕਰਾਇਆ, ਪ੍ਰਕਾਸ਼ ਕਰਾਇਆ ਹੋਇਆ ਵਾ, ਚਿੱਟਾ ਦਾੜਾ ਵਾ ਜਿਹੜਾ ਇੰਨਾ ਲੰਬਾ। ਸੋ ਹੁਣ ਪ੍ਰਕਾਸ਼ ਦੇ ਹਨ, ਹਾਂ, ਇਸ ਉਮਰ ਦੇ ਵਿੱਚ ਇਸ ਅਹੁਦੇ ਤੋਂ ਮੁੱਕੇ, ਵੱਡੇ ਅਹੁਦੇ ਤੋਂ ਬੰਦਾ ਜਿਹੜਾ ਮੁਕਤ ਹੋਇਆ, ਅਤੇ ਉਹ ਪਾਰਟੀ ਦਾ ਜਿਹੜਾ ਪ੍ਰਧਾਨ ਆ ਸੁਖਬੀਰ ਬਾਦਲ ਜਿਹੜਾ, ਉਹ ਤੋਂ ਉਮਰ 'ਚ ਪਤਾ ਨਹੀਂ ਕਿ 8-10 ਸਾਲ ਛੋਟਾ ਹੋਊਗਾ ਘੱਟੋ ਘੱਟ, ਉਹਦੇ ਪੈਰੀਂ ਹੱਥ ਲਾਉਂਦਾ ਵਾ। ਮਤਲਬ ਇਹ ਚਾਪਲੂਸੀ ਦੀ ਅੰਤਹਾ, ਇਸ ਤੋਂ ਵੱਧ ਚਾਪਲੂਸੀ ਹੈ ਜਿਹੜੀ ਹੋਰ ਕੁਛ ਨਹੀਂ ਹੋ ਸਕਦੀ। ਉਹਨੇ ਆਪਦੇ ਬੁਢਾਪੇ ਦਾ ਵੀ ਨਰਾਦਰ ਕੀਤਾ, ਉਹਨੇ ਆਪਣੇ ਅਹੁਦੇ ਦਾ ਵੀ ਨਰਾਦਰ ਕੀਤਾ, ਪਰੰਤੂ ਕਿਉਂਕਿ ਇਹੋ ਜਿਹੇ ਬੰਦਿਆਂ ਦੀ ਜ਼ਮੀਰ ਤਾਂ ਹੁੰਦੀ ਨਹੀਂ, ਜਿਵੇਂ ਮੈਂ ਪਹਿਲਾਂ ਗੱਲ ਚੁੱਕੀ ਆ, ਜਿਹੜੇ ਬੰਦਿਆਂ ਦੀ ਜ਼ਮੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਗਨ ਭੇਟ ਹੋਣ 'ਤੇ ਨਹੀਂ ਜਾਗੀ, ਚਾਰ ਸਿੱਖ ਨੌਜਵਾਨਾਂ ਦਾ ਗੋਲੀਆਂ ਨਾਲ ਸ਼ਹੀਦ ਹੋਣ 'ਤੇ ਨਹੀਂ ਜਾਗੀ, ਤੂੰ ਇਹਨਾਂ ਤੋਂ ਆਪਾਂ ਕਿਹੋ ਜਿਹੀ ਉਮੀਦ ਰੱਖ ਸਕਦੇ ਹਾਂ ਕਿ ਇਹ ਚਾਪਲੂਸੀ ਦੀ ਹੱਦ ਕਿੱਥੇ ਤੱਕ ਡਿੱਗ ਸਕਦੇ ਨੇ? ਹੁਣ ਹਾਲਾਂਕਿ ਪਹਿਲਾਂ ਭਦੌੜ ਤੋਂ ਹਾਰਿਆ ਵਿਧਾਨ ਸਭਾ ਦੀ ਚੋਣ, ਉਹ ਤੋਂ ਬਾਅਦ ਡੇਰਾ ਬੱਸੀ, ਇਹਨਾਂ ਨੇ ਪਿਛਲੀ ਵਾਰ 2017 ਦੇ ਵਿੱਚ ਡੇਰਾ ਬੱਸੀ ਹੈ, ਇੱਥੋਂ ਇਹਨੂੰ ਡੇਟ ਦੇ ਦਿੱਤੀ ਸੀ, ਉੱਥੋਂ ਹਾਰਿਆ। ਦੂਜੀ ਵਾਰ ਵਿਧਾਨ ਸਭਾ ਦੀ ਚੋਣਾਂ ਜਿਹੜੀਆਂ ਉਹ ਹਾਰ ਗਿਆ, ਹੁਣ ਇਹਨੂੰ ਫਤਿਹਗੜ੍ਹ ਸਾਹਿਬ ਤੋਂ ਆ ਜਿਹੜਾ ਉਹ ਲੋਕ ਸਭਾ ਦੇ ਲਈ ਉਹਨਾਂ ਨੇ ਟਿਕਟ ਦਿੱਤੀ, ਇਹ ਵੀ ਬਲੀ ਦਾ ਵੱਖਰਾ ਬਣਿਆ। ਇਹਦਾ ਸਾਹਿਬ ਇੱਕ ਹੋਰ ਗੱਲ ਆ ਕਿ ਐਡੇ ਵੱਡੇ ਅਹੁਦਾ IAS ਚੀਫ ਸੈਕਟਰੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਜਾਂ ਪਹਿਲਾਂ ਹੀ ਅਸਤੀਫਾ ਦੇ ਕੇ ਬੰਦਾ ਚੋਣ ਕਿਉਂ ਲੜਦਾ ਵਾ? ਇਹ ਸਪਸ਼ਟ ਆ ਕਿ ਇਹ ਲਾਲਚ ਬਸ ਹੋ ਕੇ ਲੜਦੇ ਕਿ ਸਿਆਸਤ? ਉਹ ਗੱਲ ਤਾਂ ਇਹੀ ਹੈ ਨਾ ਜੀ, ਬੰਦੇ ਦੀ ਜਿਹੜੀ ਲਾਲਸਾ ਉਹ ਨਹੀਂ ਜਾਂਦੀ ਹੈਗੀ, ਅਤੇ ਉਸੇ ਲਾਲਸਾ ਬਸ ਕਿ ਮੈਂ MLA ਬਣ ਜੂੰਗਾ, ਮੈਂ ਮੰਤਰੀ ਬਣ ਜੂੰਗਾ, ਮੈਂ MP ਬਣ ਜੂੰਗਾ, ਇਹ ਲਾਲਸਾ ਜਿਹੜੀ ਇਹ ਬੰਦੇ ਨੂੰ ਅੱਗੇ। ਹੁਣ ਤੁਸੀਂ ਇਹ ਦੇਖੋ ਵੀ ਜਨਰਲ JJ ਸਿੰਘ ਆ ਜਿਹੜਾ ਭਾਰਤੀ ਫੌਜ ਦਾ ਮੁਖੀ ਰਿਹਾ, ਉਹ ਬਿਲਕੁਲ ਜੀ, ਜਿਹਨੂੰ ਸਾਰੇ ਤਿੰਨੇ ਮਤਲਬ ਸਾਰੀ ਫੌਜ ਜਿਹੜੀ ਆ ਸਲਿਊਟ ਕਰਦੀ ਰਹੀ ਹੈ। ਹੁਣ ਉਹ ਕਦੇ ਇੱਥੇ ਆ ਕੇ ਪਟਿਆਲੇ ਤੋਂ ਵਿਧਾਨ ਸਭਾ ਲੜਨ ਲੱਗ ਪੈਂਦਾ, ਕਦੇ ਖੰਡੂਰ ਸਾਹਿਬ ਤੋਂ ਆ ਕੇ ਲੋਕ ਸਭਾ ਲੜਨ ਲੱਗ ਪੈਂਦਾ। ਸੋ ਪਤਾ ਨਹੀਂ ਕੀ ਮਤਲਬ ਸਮਝ ਤੋਂ ਬਾਹਰੀ ਗੱਲ ਹੈ ਕਿ ਲਾਲਸਾ ਇਨਸਾਨ ਦੇ ਹੱਦ ਮਨ 'ਚ ਕਿੱਥੋਂ ਤੱਕ ਚਲੀ ਜਾਂਦੀ ਹੈ। ਹੁਣ ਇਹ ਗੁਰੂ ਜੀ ਅਸੀਂ ਗੱਲ ਕਰ ਲੈਂਦੇ ਹਾਂ ਵੀ ਲਾਲਸਾ ਜਿਹੜੀ ਉਹ ਕਿੱਥੋਂ ਤੱਕ ਗਈ ਕਿ ਉਹਨੇ ਆਪਦੀ ਸੀਟ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਉਹਦੇ ਪੈਰੀਂ ਹੱਥ ਲਾਤਾ? ਚਲੋ ਉਹਨੂੰ ਮਤਲਬ ਲੱਗਿਆ ਮੇਰੇ 'ਤੇ ਕਿੱਡਾ ਵੱਡਾ ਮਤਲਬ ਮੇਰੇ 'ਤੇ ਕਿਰਪਾ ਹੋ ਗਈ ਆ, ਇਹ ਜਿਵੇਂ ਬਹੁਤ ਵੱਡੀ ਦਾਤ ਪ੍ਰਾਪਤ ਹੋ ਗਈ। ਹੈਰਾ ਸਾਹਿਬ, ਇਹ ਜਿਹੜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਐਡੇ ਮਾਣਯੋਗ ਅਹੁਦਿਆਂ 'ਤੇ ਸੁਸ਼ੋਭਿਤ ਰਹੀਆਂ, ਉਹ ਉਹਨਾਂ ਵਾਸਤੇ ਇਹ ਗੱਲਾਂ ਜਿਹੜੀਆਂ ਨੇ, ਵੈਸੇ ਤਾਂ ਸਿਆਸਤ ਵਿੱਚ ਉਹਨਾਂ ਨੂੰ ਆਉਣਾ ਨਹੀਂ ਚਾਹੀਦਾ, ਕਿਉਂਕਿ ਪੁਰਾਣਾ ਕੋਈ ਵੀ ਸ਼ਾਇਦ ਮੁਖੀ ਇਹਨਾਂ ਤੋਂ ਪਹਿਲਾਂ ਇਸ ਪਾਸੇ ਨੂੰ ਕੋਈ ਤੁਰਿਆ ਨਹੀਂ, ਸਿਆਸਤ ਵਾਲੇ ਪਾਸੇ ਨੂੰ, ਅਤੇ ਜਿਹੜੇ ਫੌਜ ਮੁਖੀ ਸੀ ਖਾਸ ਕਰਕੇ। ਹੀਰਾ ਸਾਹਿਬ, ਅਗਲੀ ਖਬਰ ਹੈ ਕਿ ਬੀਤੀ ਪਰਸੋਂ 31 ਮਾਰਚ ਲੰਘੀ ਹੈ, ਔਰ 31 ਮਾਰਚ ਨੂੰ ਆਮ ਤੌਰ 'ਤੇ ਰਵਾਇਤ ਆ ਕਿ ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਨੇ ਉਹ ਜਿਹੜਾ ਉਹਨਾਂ ਕੋਲ ਸਟਾਕ ਬਚਿਆ ਹੁੰਦਾ ਉਹਨੂੰ
ਖਤਮ ਕਰਨ ਵਾਸਤੇ ਕਹਿੰਦੇ ਨੇ ਠੇਕੇ ਟੁੱਟੇ ਔਰ ਠੇਕੇ ਟੁੱਟੇ ਅਤੇ ਸਰਕਾਰ ਦੀ ਨੌਲੇਜ ਵਿੱਚ ਹੁੰਦਾ ਵੀ ਸਸਤੀ ਸ਼ਰਾਬ ਵਿਕਣੀ ਆ ਔਰ ਹਰ ਇੱਕ ਨੇ ਜਿਹੜੇ ਜਿੰਨੇ ਪਿਆਕੜ ਨੇ ਕਹਿੰਦੇ ਗਾਲਬ ਸਾਹਿਬ ਨੂੰ ਇੱਕ ਵਾਰੀ ਇਨਾਮ ਮਿਲਿਆ ਅਤੇ ਅਸ਼ਰਫੀਆਂ ਮਿਲੀਆਂ ਉਹਨਾਂ ਨੂੰ ਉਹਨਾਂ ਨੇ ਸੋਚਿਆ ਕਿ ਸ਼ਰਾਬ ਜਿੰਨੀ ਪੁਰਾਣੀ ਹੋਵੇ ਉੰਨੀ ਚੰਗੀ ਹੁੰਦੀ ਆ ਔਰ ਉਹਨਾਂ ਨੇ ਜੀ ਗੱਡਾ ਭਰ ਲਿਆ ਸ਼ਰਾਬ ਦਾ ਸ਼ਰਾਬ ਦਾ ਗੱਡਾ ਭਰ ਕੇ ਜਦੋਂ ਘਰੇ ਬੇਗ ਉਹਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਇਨਾਮ ਮਿਲਿਆ ਅਸ਼ਰਫੀਆਂ ਮਿਲੀਆਂ ਨੇ ਉਹਨਾਂ ਨੇ ਸਾਰਾ ਪੁਰਾਣਾ ਘਰ ਦਾ ਸਮਾਨ ਵੇਚਤਾ ਤੋ ਗਰੀਬਾਂ ਨੂੰ ਵੰਡਤਾ ਅਤੇ ਜਦੋਂ ਘਰੇ ਗਏ ਤਾਂ ਕਹਿੰਦੇ ਵੀ ਤੁਸੀਂ ਇਹ ਅੱਲਾ ਜਾਂ ਅੱਲਾ ਆਪ ਜੇ ਕਿਆ ਲਾਏ ਕਹਿੰਦਾ ਇਹ ਮੁਸ਼ਕਲ ਸੇ ਮਿਲਤੀ ਹੈ ਖਾਣਾ ਤੋਂ ਖੁਦਾ ਦੇਗਾ ਉਹ ਸ਼ਰਾਬੀਆਂ ਨੇ ਮਤਲਬ ਸ਼ਰਾਬ ਖਰੀਦਣੀ ਹੈ ਪੱਕੀ ਗੱਲ ਹੈ ਇਹ ਔਰ ਜਿਹੜੇ ਸ਼ਰਾਬੀ ਸੀ ਉਹਨਾਂ ਨੇ ਸ਼ਰਾਬ ਖਰੀਦੀ ਪਰ ਨਾਲ ਕੀ ਕੀਤਾ ਵੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਠੇਕੇ ਦੇ ਨਾਲ ਨਾਕਾ ਲਾ ਲਿਆ ਅਤੇ ਜਿਹੜਾ ਉੱਥੋਂ ਸ਼ਰਾਬ ਲੈ ਕੇ ਜਾਂਦਾ ਸੀ ਅਤੇ ਉਹਦੀ ਗ੍ਰਿਫਤਾਰੀ ਕਰ ਲੈਂਦੇ ਅਰੈਸਟ ਪਾ ਲੈਂਦੇ ਸੀ ਇਹ ਕੀ ਇਹ ਮਾਮਲਾ ਕੀ ਹੈ ਇਹਦੇ ਨਾਲ ਦੇਖੋ ਮੰਮੀ ਭਾਅ ਜੀ ਪਹਿਲੀ ਗੱਲ ਤਾਂ ਚਲੋ ਅਸੀਂ ਇਸ ਗੱਲ ਦੇ ਹੱਕ 'ਚ ਹੀ ਨਹੀਂ ਹੈ ਕਿ ਇਹ ਜਿਹੜਾ ਨਸ਼ਾ ਕੋਈ ਸਾਡੇ ਪੰਜਾਬ ਦੇ ਲੋਕ ਇਸ ਪਾਸੇ ਤੁਰਨ ਬਿਲਕੁਲ ਸਸਤੀ ਆ ਕਿ ਮਹਿੰਗੀ ਆ ਕਿ ਕੀ ਆ ਮਤਲਬ ਠੇਕੇ 'ਤੇ ਜਾਣਾ ਗੁਨਾਹ ਹੀ ਮੈਂ ਉਹੀ ਗੱਲ ਉਸ ਵਾਸਤੇ ਆਉਂਦਾ ਕਿ ਪਰੰਤੂ ਹੁਣ ਗੱਲ ਇਹ ਆ ਕਿ ਸਰਕਾਰ ਆ ਜਿਹੜੀ ਉਹਦੀ ਨੀਤੀ ਅਤੇ ਨੀਅਤ ਆ ਜਿਹੜੀ ਉਹਦੀ ਮਤਲਬ ਇੱਥੋਂ ਤੱਕ ਥੱਲੇ ਗਿਰ ਚੁੱਕੀ ਹੈ ਥੱਲੇ ਆ ਗਈ ਆ ਕਿ ਇੱਕ ਪਾਸੇ ਜੇ ਤੁਸੀਂ ਬਾਹਰ ਕਹਿੰਦੇ ਹੋ ਕਿ ਦੋ ਬੋਤਲਾਂ ਸ਼ਰਾਬ ਤੋਂ ਵੱਧ ਰੱਖਣੀਆਂ ਜਿਹੜੀਆਂ ਉਹ ਗੁਨਾਹ ਨੇ ਬਿਲਕੁਲ ਅਤੇ ਫਿਰ ਜਿਹੜਾ ਬੰਦਾ ਦੋ ਬੋਤਲਾਂ ਤੋਂ ਵੱਧ ਵੇਚਦਾ ਵਾ ਅਤੇ ਉਹ ਗੁਨਾਹ ਕਰਨੀ ਇੱਕ ਪਾਸੇ ਤਾਂ ਠੇਕੇ ਵਾਲੇ ਆ ਜਿਹੜੇ ਉਹ ਪੇਟੀਆਂ ਚੁਕਾਈ ਜਾਂਦੇ ਨੇ ਦੂਜੇ ਪਾਸੇ ਤੁਸੀਂ 5 ਮੀਟਰ ਇੱਥੇ ਖੜ੍ਹੇ ਹੋ ਆ ਜਾ ਭਾਈ ਤੂੰ ਪੇਟੀ ਆ ਇਹ ਤਾਂ ਨਜਾਇਜ਼ ਆ 1229 ਪਰਚੇ ਨੇ ਜਿਹੜੇ ਉਹ ਇਹਨਾਂ ਨੇ ਮਤਲਬ 31 ਮਾਰਚ ਦੀ ਰਾਤ ਨੂੰ ਇਹਨਾਂ 'ਤੇ ਕੀਤੇ ਆ ਜਿਹੜੇ ਪੇਟੀਆਂ ਖਰੀਦਣ ਵਾਲੇ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਮਤਲਬ ਨਾ ਸਮੁੱਚੇ ਪੰਜਾਬ ਜਾਂ ਇਕੱਲੇ ਲੁਧਿਆਣੇ ਦੀ ਗੱਲ ਕਰ ਰਹੇ ਹਾਂ ਇਕੱਲੇ ਲੁਧਿਆਣੇ 1229 ਪਰਚੇ 1229 ਔਰ ਤੁਸੀਂ ਇਹ ਦੇਖੋ ਵੀ ਇੱਕ ਤਾਂ ਪੁਲਿਸ ਨੇ ਆਪਦੀ ਪਰਚਿਆਂ ਦੀ ਉਹ ਪੂਰੀ ਕਰ ਲਈ ਦੂਜਾ ਹੁਣ ਇਹ ਆ ਕਿ ਉਹ ਜਿਹੜੀ ਉਹ ਸ਼ਰਾਬ ਆ ਉਹ ਠੇਕਿਆਂ 'ਚ ਜਮ੍ਹਾਂ ਹੋ ਗਈ ਉਹ ਹੁਣ ਉਹ ਮੁਫ਼ਤ ਦੀ ਪੀਣਗੇ ਇਹ ਤੀਜਾ ਇਹ ਆ ਵੀ ਜਿਹੜਾ ਬੰਦਾ ਮਤਲਬ ਹੁਣ ਜਿਹੜੇ ਹੁਣ ਕਿਉਂਕਿ ਜਿਹੜੀ ਸ਼ਰਾਬ ਟੁੱਟੀ ਆ ਉਹ ਤਾਂ ਦੇਸੀ ਸ਼ਰਾਬ ਵੀ ਟੁੱਟੀ ਆ ਅੰਗਰੇਜ਼ੀ ਸ਼ਰਾਬ ਤਾਂ ਟੁੱਟੀ ਨਹੀਂ ਮੈਨੂੰ ਮੈਂ ਜਿਹੜੀ ਜਾਣਕਾਰੀ 'ਚ ਆਈ ਆ ਗੱਲ ਸੋ ਉਹ ਹੁਣ ਤਕਰੀਬਨ ਗਰੀਬ ਬੰਦੇ ਆ ਜਿਹੜੇ ਉਹ ਔਖਾ ਸੌਖਾ ਇਕੱਠਾ ਕਰਕੇ ਵੀ 300 ਦੀ ਪੇਟੀ ਮਿਲਦੀ ਆ ਵਿਚਾਰੇ ਆਪਦੀ ਦਿਹਾੜੀ ਜਾਂ ਇੱਧਰੋਂ ਉੱਧਰੋਂ ਕਰਕੇ ਉਹਨਾਂ ਨੇ ਉਹ ਉੱਧਰੋਂ ਵੀ ਗਏ ਪਰਚੇ ਵੀ ਦਰਜ ਹੋ ਗਏ ਮਤਲਬ ਇਹ ਸਰਕਾਰ ਦੀ ਨੀਤੀ ਕਿੰਨੀ ਮਾੜੀ ਆ ਕਿ ਗਰੀਬ ਬੰਦਿਆਂ ਨੂੰ ਤੁਸੀਂ ਆਪਦੇ ਜਹਾਜ਼ 'ਚ ਫਸਾਉਂਦੇ ਹੋ ਬਿਲਕੁਲ ਜੀ ਸੋ ਇਹ ਬਿਲਕੁਲ ਸਰਕਾਰ ਨੂੰ ਇਸ ਪਾਸੇ ਕਿ ਜ਼ਿਆਦਾ ਠੇਕਿਆਂ ਨੂੰ ਪੂਰਨ ਰੂਪ ਦੇ ਵਿੱਚ ਬੰਦਿਸ਼ ਹੋਵੇ ਕਿ ਉਹ ਕਿਸੇ ਨੂੰ ਮਤਲਬ ਪੇਟੀ ਆ ਜਿਹੜੀ ਜਾਂ ਤਾਂ ਉਹ ਜਿਹੜਾ ਵੀ ਇਹਨਾਂ ਦਾ ਹੈਗਾ ਕਿ ਉਸ ਤਰ੍ਹਾਂ ਦਾ ਜਿਹਦੇ ਕੋਲ ਪਰਮਿਟ ਨਹੀਂ ਉਹਨੂੰ ਪੇਟੀ ਆ ਸ਼ਰਾਬ ਦੀ ਉਹ ਨਹੀਂ ਦਿੱਤੀ ਜਾ ਸਕਦੀ ਸੋ ਜੇ ਠੇਕੇ ਵਾਲੇ ਦਿੰਦੇ ਨੇ ਤਾਂ ਸਭ ਤੋਂ ਪਹਿਲਾਂ ਗੁਨਾਹ ਤਾਂ ਉਹ ਕਰ ਰਹੇ ਆ ਗੈਰ ਕਾਨੂੰਨੀ ਉਹ ਕਰ ਰਹੇ ਨੇ ਦੂਜਾ ਜਿਹੜਾ ਲੈ ਰਿਹਾ ਵਾ ਉਹ ਕਰ ਰਿਹਾ ਵਾ ਠੀਕ ਆ ਸਜ਼ਾ ਤਾਂ ਸਾਰਿਆਂ ਨੂੰ ਮਿਲਣੀ ਆ ਪਰੰਤੂ ਇਹ ਸਰਕਾਰ ਦੀ ਬਦਨੀਤੀ ਆ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਇਹਦਾ ਸਭ ਅਗਲੀ ਜਿਹੜੀ ਖਬਰ ਆ ਉਹ ਦੇਸ਼ ਦੀਆਂ ਚੋਣਾਂ ਨਾਲ ਸੰਬੰਧਿਤ ਲੋਕ ਸਭਾ ਚੋਣਾਂ ਨਾਲ ਆਪਾਂ ਦੇਖਦੇ ਹਾਂ ਕਿ ਜਿਵੇਂ ਮੋਦੀ ਸਾਹਿਬ ਨੇ ਪਿਛਲੀ ਵਾਰੀ ਕਿਹਾ ਕਿ ਜਨ ਧਨ ਖਾਤੇ ਖੁਲਵਾਓ ਉਹਦੇ ਵਿੱਚ ਪੈਸੇ ਜਮ੍ਹਾਂ ਕਰਾਏ ਜਾਣਗੇ ਪਰ ਹੁਣ ਹਾਲ ਹੀ ਵਿੱਚ ਜਿਹੜੇ ਕਾਂਗਰਸ ਦੇ ਰਾਹੁਲ ਗਾਂਧੀ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ 6,000 ਰੁਪਈਆ ਪ੍ਰਤੀ ਮਹੀਨਾ 12,000 ਰੁਪਈਆ ਸੋਰੀ 72,000 ਸਾਲ ਦਾ ਅਸੀਂ ਹਰ ਗਰੀਬ ਦੇ ਖਾਤੇ ਜਮ੍ਹਾਂ ਕਰਾਵਾਂਗੇ ਇਹ ਕਾਂਗਰਸ ਜਿਹੜਾ ਚੋਣ ਮੈਨੀਫੈਸਟੋ ਉਹਦੇ ਵਿੱਚ ਵਾਅਦੇ ਵੀ ਬਹੁਤ ਨੇ ਅਤੇ ਲਾਰੇ ਵੀ ਬਹੁਤ ਨੇ ਇਹਦਾ ਇਹਨਾਂ ਬਾਰੇ ਜਿਹੜਾ
ਦਰਸ਼ਕਾਂ ਨੂੰ ਪਰਦਾਫਾਸ਼ ਕਰੋ। ਦੇਖੋ ਪੰਮੀ ਭਾਅ ਜੀ, ਮੈਂ ਤਾਂ ਇਹ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਹਰ 5 ਸਾਲਾਂ ਬਾਅਦ ਲੋਕ ਸਭਾ ਚੋਣਾਂ ਆਉਂਦੀਆਂ ਉਦੋਂ, ਵਿਧਾਨ ਸਭਾ ਚੋਣਾਂ ਆਉਂਦੀਆਂ ਉਦੋਂ, ਜਾਂ ਥਰਡੀਆਂ ਚੋਣਾਂ ਆਉਂਦੀਆਂ ਉਦੋਂ ਵੀ ਬੇਵਕੂਫ ਬਣਾਇਆ ਜਾਂਦਾ, ਪੂਰਾ ਰੂਪ ਦੇ ਵਿੱਚ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ। ਉਹਨਾਂ ਨੂੰ ਮਤਲਬ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਤੱਕ ਦੇ ਵਾਅਦੇ ਵੀ ਉਹਨਾਂ ਨਾਲ ਕੀਤੇ ਜਾਂਦੇ ਆ, ਝੂਠੇ ਸੁਪਨੇ ਦਿਖਾਏ ਜਾਂਦੇ ਆ, ਉਹਨਾਂ ਦੀਆਂ ਭਾਵਨਾਵਾਂ ਨੂੰ ਮਤਲਬ ਜਗਾਇਆ ਜਾਂਦਾ। ਇੰਨਾ ਇੱਦਾਂ ਲੱਗਦਾ ਜਿਵੇਂ ਸ਼ਾਇਦ ਹੀ ਕੋਈ ਜਿਹੜਾ ਜਿਵੇਂ ਸਿਰ ਸੜੇ ਆਸ਼ਿਕ ਕਹਿ ਰਿਹਾ ਆਪਣੀ ਪ੍ਰੇਮ ਕਰਨਾ ਵੀ ਇੰਨੇ ਵੱਧ ਨਹੀਂ ਕਰਦਾ ਹੋਊਗਾ ਜਿੰਨੇ ਚੰਦ ਤਾਰੇ ਇਹ ਜਿਹੜੇ ਵੋਟਾਂ ਨੂੰ ਦਿਖਾ ਰਹੇ ਨੇ। ਹੋਰ ਤੁਸੀਂ ਇਹ ਦੇਖੋ ਕਿ ਹੁਣ 17ਵੀਂ ਲੋਕ ਸਭਾ ਦੀ ਜਿਹੜੀ ਇਹ ਚੋਣ ਹੋਣ ਜਾ ਰਹੀ ਆ, 16 ਲੰਘ ਚੁੱਕੀਆਂ ਨੇ। 16 ਲੋਕ ਸਭਾ ਚੋਣਾਂ ਦੇ ਜੇ ਤੁਸੀਂ ਸਾਰੇ ਜਿਹੜੀ ਪਾਰਟੀ ਸੱਤਾ 'ਚ ਆਈ ਆ, ਦੂਜਿਆਂ 'ਤੇ ਛੱਡ ਹੀ ਦਿਓ, ਜਿਹੜੀ ਪਾਰਟੀ ਸੱਤਾ 'ਚ ਆਈ ਆ, ਜੇ ਤੁਸੀਂ ਉਹਨਾਂ ਸਾਰਿਆਂ ਦੇ ਚੋਣ ਜਿਹੜੇ ਵਾਅਦੇ ਕੀਤੇ ਆ ਉਹਨਾਂ ਨੂੰ ਇਕੱਠੇ ਕਰ ਲਓ, ਅਤੇ ਉਹਨਾਂ ਦੇ ਵਿੱਚੋਂ ਅਸੀਂ ਇਹ ਵੀ ਕਹਿ ਦਈਏ ਕਿ ਚਲੋ ਅੱਧੇ ਵਾਅਦੇ ਆ ਉਹ ਪੂਰੇ ਹੋ ਜਾਓ, ਜੇ ਅੱਧੇ ਵਾਅਦੇ ਵੀ ਪੂਰੇ ਹੋ ਗਏ ਹੁੰਦੇ ਤਾਂ ਅੱਜ ਦੇਸ਼ ਆ ਜਿਹੜਾ ਉਹ ਸ਼ਾਇਦ ਮਤਲਬ ਸਵਰਗ ਹੁੰਦਾ। ਬਿਲਕੁਲ, ਜਿਹਨੇ ਇਹਨਾਂ ਨੇ ਵਾਅਦੇ ਕੀਤੇ ਨੇ, ਮਤਲਬ ਇਹ ਦੇਸ਼ ਆ ਜਿਹੜਾ ਉਹ ਪੂਰੇ ਰੂਪ 'ਚ ਸਵਰਗ ਹੁੰਦਾ, ਪ੍ਰੰਤੂ ਉਲਟਾ ਨਰਕ ਆ। ਕਾਰਨ ਇਹ ਆ ਕਿ ਸਿਰਫ ਅਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਲਈ, ਚੋਣ ਮਨੋਰਥ ਪੱਤਰ ਦਾ ਮਤਲਬ ਹੀ ਇਹ ਆ ਕਿ ਲੋਕਾਂ ਨੂੰ ਬੇਵਕੂਫ ਬਣਾਓ। ਸੋ ਹੁਣ ਇਹ ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਆ ਜਿਹੜਾ ਉਹ ਜਾਰੀ ਕੀਤਾ, ਉਹਦੇ 'ਚ ਮਤਲਬ ਜਿਵੇਂ ਆਪਾਂ ਗੱਲ ਕੀਤੀ ਆ ਕਿ ਵਾਅਦਿਆਂ ਦੀ ਉਹਨਾਂ ਨੇ ਪੂਰਨ ਰੂਪ ਦੇ ਵਿੱਚ ਮਤਲਬ ਜਿਹੜੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਖਿਆਲੀ ਖੀਰ ਬਣਾਈ ਆ, ਅਤੇ ਉਹਨਾਂ ਨੇ ਕੜਛੀ ਜਿਹੜੀ ਖੰਡ ਦੀ ਕਸਰ ਨਹੀਂ ਛੱਡੀ, ਪੂਰੀ ਆ ਜਿਹੜੀ ਭਰ ਭਰ ਕੇ ਪਾ ਦਿੱਤੀ, ਗੱਲਾਂ ਦਾ ਕੜਾਹ ਬਣਾਉਣਾ ਦਾ ਪੂਰਾ ਠੋਕ ਕੇ ਬਣਾਤਾ ਹੁਣ। ਸੋ ਪਹਿਲਾਂ ਉਹਨਾਂ ਦਾ ਜਿਹੜਾ ਉਹਨੇ ਆਪਣੇ ਨੇ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਅਸੀਂ ਜਿਹੜੀ ਆ ਘੱਟੋ ਘੱਟ ਆਮਦਨ ਆ ਜਿਹੜੀ ਇਹਨੂੰ ਯਕੀਨੀ ਬਣਾਵਾਂਗੇ ਕਿ ਹਰ ਜਿਹੜਾ ਗਰੀਬ ਬੰਦਾ ਉਹਨੂੰ ਸਾਲ 'ਚ 72,000 ਰੁਪਇਆ ਜ਼ਰੂਰ ਮਿਲੇ। ਬਿਲਕੁਲ, 6,000 ਰੁਪਇਆ ਮਹੀਨੇ ਦਾ ਹੁਣ ਉਹਨੇ ਕਹਿ ਤਾਂ ਦਿੱਤਾ, 72,000 ਰੁਪਇਆ, ਤਕਰੀਬਨ 5 ਕਰੋੜ ਬੰਦੇ ਆ ਜਿਹੜੇ ਉਹਨਾਂ ਨੂੰ ਅਸੀਂ ਹਰ ਸਾਲ ਦੇਵਾਂਗੇ, ਆਊਗਾ ਕਿੱਥੋਂ ਇਹ ਨਹੀਂ ਦੱਸੇ। ਬਿਲਕੁਲ, ਇਹਦੇ ਨਾਲ ਕੋਈ ਮਤਲਬ ਨਹੀਂ, ਮਤਲਬ ਤਾਂ ਹੋਵੇ ਜੇ ਪੂਰਾ ਕਰਨਾ ਹੋਵੇ ਵਾਅਦਾ। ਸੋ ਹੁਣ ਉਹਨੇ ਅਗਲੀ ਗੱਲ ਕਹਿਤੀ ਆ, ਨਰੇਗਾ ਬਿਨਾਂ ਸ਼ੱਕ ਕਾਂਗਰਸ ਦੀ ਬਹੁਤ ਵੱਡੀ ਦੇਣ ਹੈ ਇਸ ਦੇਸ਼ ਨੂੰ, ਕਿ ਨਰੇਗਾ ਦੇ ਅਧੀਨ ਜਿਹਨੂੰ ਹੁਣ ਮਨਰੇਗਾ ਦਾ ਨਾਂ ਦਿੱਤਾ ਹੋਇਆ, ਮਨਰੇਗਾ ਦੇ ਅਧੀਨ 100 ਦਿਨ ਕੰਮ ਦੀ ਗਰੰਟੀ ਦਿੱਤੀ ਹੈ ਇਹਨਾਂ ਨੇ ਕਿ ਹਰ ਗਰੀਬ ਬੰਦਾ ਉਹਨੂੰ 100 ਦਿਨ ਸਾਲ 'ਚ ਕੰਮ ਆ ਜਿਹੜਾ ਉਹ ਮਿਲੂਗਾ। ਹੁਣ ਇਹਨੇ ਮਤਲਬ ਜਿਹੜਾ ਕਾਂਗਰਸ ਦਾ ਚੋਣ ਮਨੋਰਥ ਪੱਤਰ ਆ ਉਹਦੇ 'ਚ ਉਹਨਾਂ ਨੇ ਕਹਿਤਾ ਕਿ 100 ਦਿਨ ਨਹੀਂ 150 ਦਿਨ, ਮਤਲਬ ਸਾਲ 'ਚ ਅੱਧੇ ਦਿਨ ਤੁਹਾਨੂੰ ਕੰਮ ਆ ਜਿਹੜਾ 6 ਮਹੀਨੇ ਆ ਜਿਹੜਾ ਕੰਮ ਆ ਜਿਹੜਾ ਉਹ ਤੁਹਾਨੂੰ ਮਿਲੂਗਾ। ਸੋ ਇਸੇ ਹੀ ਤਰ੍ਹਾਂ ਜਿਹੜੀ ਅਗਲੀ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਵਿੱਚ ਇੱਕ ਪੱਤਾ ਖੇਡਿਆ ਸੀਗਾ ਕਿ ਹਰ ਘਰ 'ਚ ਇੱਕ ਨੌਕਰੀ ਦੇਵਾਂਗੇ, ਨੌਕਰੀ ਦੇਵਾਂਗੇ, ਠੀਕ ਹੈ। ਸੋ ਰਾਹੁਲ ਗਾਂਧੀ ਨੇ ਉਹ ਜਿਹੜਾ ਕੈਪਟਨ ਵਾਲਾ ਸੀਗਾ ਸਗੂਫਾ ਉਹ ਅੱਗੇ ਛੱਡਤਾ, ਉਹਨਾਂ ਨੇ ਕਿਹਾ ਜੀ ਅਸੀਂ 22 ਲੱਖ ਨੌਕਰੀਆਂ ਨੇ ਜਿਹੜੀਆਂ ਉਹ ਦੇਵਾਂਗੇ। 22 ਲੱਖ ਨੌਕਰੀਆਂ 'ਤੇ ਨਹੀਂ ਰੁਕੇ, ਉਹ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਅਸੀਂ 20 ਲੱਖ ਨੌਕਰੀਆਂ ਨੇ ਜਿਹੜੀਆਂ ਉਹ ਪੰਚਾਇਤਾਂ ਦੇ ਰਾਹੀਂ ਦੇਵਾਂਗੇ। ਪਤਾ ਨਹੀਂ ਹੁਣ ਉਹ ਕਿਹੜੇ ਖਾਤੇ 'ਚ ਉਹਨਾਂ ਨੂੰ ਪਾਉਣਗੇ, ਪਰੰਤੂ ਜਿਹੜਾ ਮਤਲਬ ਵਾਅਦੇ ਕੀਤੇ ਆ ਕਿ ਗ੍ਰਾਮ ਪੰਚਾਇਤਾਂ ਦੇ ਰਾਹੀਂ ਵੀ ਅਸੀਂ ਮਤਲਬ ਇੰਨੀਆਂ ਨੌਕਰੀਆਂ ਨੇ ਜਿਹੜੀਆਂ ਉਹ ਦੇਵਾਂਗੇ। ਅਗਲਾ ਜਿਹੜੀ, ਚਲੋ ਇਹਦੇ 'ਚ ਤਾਂ ਕੋਈ ਪੈਸੇ ਨਹੀਂ ਲੱਗਣੇ ਹੈਗੇ, ਵੈਸੇ ਹੀ ਆ ਕਿ ਜੇ ਤੁਸੀਂ ਆਪਦਾ ਰੁਜ਼ਗਾਰ ਸ਼ੁਰੂ ਕਰਨ ਲੱਗੇ ਹੋ, ਕੋਈ ਦੁਕਾਨ ਖੋਲ੍ਹਣੀ ਹੈ ਜਾਂ ਕੋਈ ਹੋਰ ਗੱਲ ਕਰਨੀ ਆ, ਉਹਦੇ ਲਈ ਜਿਹਦੀ ਮਨਜ਼ੂਰੀ ਲੈਣੀ ਪੈਂਦੀ ਸੀ, ਉਹ ਉਹਨਾਂ ਨੇ ਕਿਹਾ ਕਿ
ਮਤਲਬ ਪਹਿਲੇ 3 ਸਾਲ ਤੱਕ ਕੋਈ ਮਨਜ਼ੂਰੀ ਨਹੀਂ ਲੈਣੀ ਪਊਗੀ, ਤੁਸੀਂ ਆਪਦਾ ਕੰਮ ਆ ਜਿਹੜਾ ਜਦੋਂ ਮਰਜ਼ੀ ਆ ਜਿਹੜਾ ਉਹ ਸ਼ੁਰੂ ਕਰ ਲਓ, 3 ਸਾਲ ਤੋਂ ਬਾਅਦ ਉਹਦੀ ਜਿਹੜੀ ਮਨਜ਼ੂਰੀ ਆ ਉਹ ਲੈਣ ਦੀ ਲੋੜ ਆ। ਮਤਲਬ ਚਲੋ ਇਹ ਤਾਂ ਇੱਕ ਚੰਗਾ ਫੈਸਲਾ, ਇਹਦੇ 'ਚ ਕੁਛ ਲੱਗਣਾ ਵੀ ਨਹੀਂ, ਸਰਕਾਰ ਦੀ ਪੋਲਿਸੀ ਦਾ ਮੈਟਰ ਆ, ਚੰਗਾ ਮਤਲਬ ਚੰਗਾ ਫੈਸਲਾ ਹੈ ਕਿ ਇਹ ਇਹਦੇ ਅਨੁਸਾਰ ਹੀ ਸਾਰੀ ਗੱਲ ਆ ਕਿ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਲਈ ਵੱਖਰਾ ਬਜਟ ਲਿਆਵਾਂਗੇ। ਹੁਣ ਤੱਕ ਕਿਸੇ ਨੇ ਕਿਸਾਨਾਂ ਬਥੇਰੇ ਵਾਅਦੇ ਕੀਤੇ ਜਾਂਦੇ, ਕਰਜ਼ੇ ਮਾਫ਼ ਕਰ ਦਾਂਗੇ, ਆਹ ਕਰ ਦਾਂਗੇ, ਪਰੰਤੂ ਇਹਨਾਂ ਨੇ ਹੁਣ ਇੰਨਾ ਜ਼ਰੂਰ ਕਿਹਾ ਵੀ ਕਿਸਾਨਾਂ ਦੇ ਲਈ ਅਸੀਂ ਇੱਕ ਵੱਖਰਾ ਜਿਹੜਾ ਬਜਟ ਆ ਉਹ ਲੈ ਕੇ ਆਵਾਂਗੇ। ਸੋ ਅਗਲਾ ਜਿਹੜਾ ਮੈਨੂੰ ਲੱਗਦਾ ਕਿ ਉਹ ਇੱਕ ਵੱਡੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਿਹੜਾ ਕਰਜ਼ਾ ਨਹੀਂ ਮੋੜ ਸਕਦਾ ਕਿਸਾਨ, ਹਾਂਜੀ ਉਸ ਕਿਸਾਨ ਅਤੇ ਜਿਹੜੇ ਆਪਣੇ ਉਹ ਹੁੰਦੇ ਨੇ ਜਿਹੜੇ ਲੈਣ ਵਾਲੇ ਨੇ ਜਿਹੜੇ ਬੈਂਕ ਨੇ ਖਾਸ ਕਰਕੇ, ਉਹ ਉਹਦੇ 'ਤੇ ਪਰਚਾ ਦਰਜ ਕਰਾ ਦਿੰਦੇ ਨੇ, ਪੁਲਿਸ ਆ ਜਿਹੜੀ ਫੜ ਕੇ ਲੈ ਜਾਂਦੀ ਆ। ਸੋ ਕਾਂਗਰਸ ਨੇ ਇਹ ਕਿਹਾ ਵੀ ਜਿਹੜਾ ਕਿਸਾਨ ਕਰਜ਼ਾ ਨਹੀਂ ਮੋੜ ਸਕੂਗਾ ਉਹਦੇ ਵਿਰੁੱਧ ਫੌਜਦਾਰੀ ਕੇਸ ਨਹੀਂ ਹੋਊ, ਇਹ ਚੰਗਾ ਕਦਮ ਮੰਨਿਆ ਵੀ ਉਹਦੀ ਗ੍ਰਿਫਤਾਰੀ ਨਹੀਂ ਹੋਊਗੀ, ਉਹਦੇ ਵਿਰੁੱਧ ਦੀਵਾਨੀ ਕੇਸ ਆ ਜਿਹੜਾ ਉਹ ਹੋਊਗਾ, ਉਹ ਅਦਾਲਤ ਫੈਸਲਾ ਕਰੂਗੀ, ਜਿਹੋ ਜਿਹਾ ਅਦਾਲਤ ਫੈਸਲਾ ਕਰੂਗੀ ਉਹੀ ਜੀ ਆ ਜਿਹੜੀ ਉਹਦੇ ਵਿਰੁੱਧ ਆ। ਸੋ ਅਗਲਾ ਜਿਹੜਾ ਇਹਨਾਂ ਨੇ ਇੱਕ ਗੱਲ ਕੀਤੀ ਆ ਕਿ ਆਮ ਤੌਰ 'ਤੇ ਜਿਹੜਾ ਹੁੰਦਾ ਕਿ ਜਿਹੜੇ ਆ ਸਮੇਂ ਦੀਆਂ ਸਰਕਾਰਾਂ ਨੇ ਜਿਹੜੇ ਉਹਦੇ ਵਿਰੁੱਧ ਬੋਲਣ ਵਾਲੇ ਨੇ, ਹਾਂਜੀ ਉਹ ਇੱਕ ਬਹਾਨਾ ਬਣਾ ਲੈਂਦੇ ਨੇ, ਜਿਹੜਾ ਆਪਾਂ ਆਪਣੇ ਪੰਜਾਬ ਦੇ ਸਾਡੇ 3 ਸਿੱਖ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਹੈ ਕਿ ਉਹਨਾਂ ਦੇ ਕੋਲ ਸਿਰਫ ਤਸਵੀਰਾਂ ਸੀਗੀਆਂ ਸ਼ਹੀਦਾਂ ਦੀਆਂ ਅਤੇ ਉਹਨਾਂ ਦੇ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹ ਬਣਾਤਾ। ਸੋ ਇਹ ਕਾਂਗਰਸ ਨੇ ਆਪਣੇ ਚੋਣ ਨੋਟਿਸ ਪੱਤਰ 'ਚ ਕਿਹਾ ਕਿ ਕਿਸੇ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹ ਦਰਜ ਨਹੀਂ ਹੋਊਗਾ ਮੁੱਢਲੇ ਰੂਪ ਦੇ ਵਿੱਚ। ਇਹ ਬਹੁਤ ਵੱਡੀ ਗੱਲ ਹੈ, ਪੂਰੇ ਰੂਪ ਦੇ ਵਿੱਚ ਉਹਦੀ ਮਤਲਬ ਜਾਂਚ ਪੜਤਾਲ ਤੋਂ ਬਾਅਦ ਉਹ ਉਸ ਪਾਸੇ ਆ ਜਿਹੜਾ ਤੁਰਿਆ ਹੋਊਗਾ। ਸੋ ਨਾਲ ਦੀ ਨਾਲ ਇਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੀ ਇੱਕ ਗੱਲ ਕੀਤੀ ਹੈ ਕਿ 6% ਬਜਟ ਆ ਜਿਹੜਾ ਉਹ ਸਿੱਖਿਆ ਦੇ ਖੇਤਰ ਵਿੱਚ, 6% ਬਜਟ ਆ ਜਿਹੜਾ ਉਹ ਸਿਹਤ ਦੇ ਖੇਤਰ ਦੇ ਵਿੱਚ ਖਰਚਿਆ ਜਾਊਗਾ। ਸੋ ਜੇ ਅਸੀਂ ਮਤਲਬ ਪਟਾਰੇ ਦੀ ਗੱਲ ਕਰੀਏ ਤਾਂ ਪਟਾਰਾ ਜਿਹੜਾ ਉਹ ਭਰਿਆ ਹੋਇਆ ਵਾ, ਪਰ ਲਾਰਿਆਂ ਦੇ ਨਾਲ ਆ ਕਿ ਵਾਅਦਿਆਂ ਦੇ ਨਾਲ ਆ ਕਿ ਦ੍ਰਿੜ ਨਿਸ਼ਚੇ ਨਾਲ ਆ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਜਾਂ ਦੇਸ਼ ਦੇ ਲੋਕ ਇਹਨੂੰ ਕਿਵੇਂ ਲੈਂਦੇ ਨੇ ਇਹ ਦੇਖਣ ਵਾਲੀ ਗੱਲ। ਇਹ ਤਾਂ ਬਿਲਕੁਲ ਸਮਾਂ ਦੱਸੂਗਾ, ਪਰ ਹੇਰਾ ਸਾਹਿਬ ਇਹ ਜਿਹੜੀਆਂ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੱਡੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀਆਂ ਵੋਟਾਂ ਨੂੰ ਬਟੋਰਦੇ, ਇਹਦੇ ਬਾਰੇ ਕੀ ਕੋਈ ਚੋਣ ਮੈਨੀਫੈਸਟੋ ਨੂੰ ਨਾ ਲਾਗੂ ਕਰਨ ਦੀ ਸੂਰਤ ਵਿੱਚ ਇਹੀ ਗੱਲ ਮੈਂ ਸ਼ੁਰੂ 'ਚ ਕੀਤੀ ਸੀ ਕਿ ਜਦੋਂ ਤੱਕ ਜਿਹੜਾ ਚੋਣ ਮਨੋਰਥ ਪੱਤਰ ਆ ਇਹਨੂੰ ਸੰਵਿਧਾਨਕ ਦਰਜਾ ਨਹੀਂ ਦਿੱਤਾ ਜਾਂਦਾ ਕਿ ਪਾਰਟੀ ਆ ਜਿਹੜੀ ਉਹ ਇਸ ਗੱਲ ਦੇ ਲਈ ਉਹਨੂੰ ਪੱਕਾ ਕੀਤਾ ਜਾਵੇ ਕਿ ਜਿਹੜੀ ਪਾਰਟੀ ਸੱਤਾ 'ਚ ਆ ਜਾਂਦੀ ਆ ਜੇ ਉਹ ਆਪਣੇ ਚੋਣ ਮਨੋਰਥ ਪੱਤਰ ਦਾ 70% ਲਾ ਲਓ, ਚਲੋ 100% ਨਾ ਲਾਓ, 70% ਜਿਹੜੇ ਵਾਅਦੇ ਆ ਉਹ ਪੂਰੇ ਨਹੀਂ ਕਰਦੀ ਅਤੇ ਉਹਦੀ ਜਿਹੜੀ ਮਤਲਬ ਮਾਨਤਾ ਉਹ ਰੱਦ ਹੋਣੀ ਚਾਹੀਦੀ ਆ। ਮਾਨਤਾ ਰੱਦ ਹੋਣ ਤੋਂ ਇਲਾਵਾ ਜਿਹੜਾ ਉਹਦਾ ਪਾਰਟੀ ਉਹਦੇ 'ਤੇ ਪਰਚਾ ਦਰਜ ਹੋ ਕੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਸੋ ਜਦੋਂ ਤੱਕ ਇਹ ਸਖ਼ਤੀ ਲਾਗੂ ਨਹੀਂ ਹੁੰਦੀ ਹੈਗੀ ਕਿ ਪਾਰਟੀ ਆ ਜਿਹੜੀ ਉਹ ਸਾਰਾ ਕੁਛ ਸੋਚ ਸਮਝ ਕੇ ਆਪਣਾ ਚੋਣ ਮਨੋਰਥ ਪੱਤਰ ਬਣਾਵੇ, ਲੋਕਾਂ ਨੂੰ ਸਿਰਫ ਬੇਵਕੂਫ ਅਤੇ ਬੁੱਧੂ ਬਣਾਉਣ ਲਈ ਚੋਣ ਮਨੋਰਥ ਪੱਤਰ ਆ ਜਿਹੜਾ ਉਹ ਜਾਰੀ ਨਾ। ਸੋ ਲੋਕਾਂ ਦੇ ਭਰੋਸੇ ਦਾ ਜਿਹੜਾ ਕਤਲ ਕੀਤਾ ਜਾਂਦਾ ਉਹਦਾ ਜ਼ਰੂਰ ਪਰਚਾ ਦਰਜ, ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਜੀ, ਤਾਂ ਕਿ ਕੋਈ ਵੀ ਸਿਆਸੀ ਆਗੂ ਚਾਹੇ ਉਹ ਨੌਜਵਾਨ ਨੂੰ ਨੌਕਰੀਆਂ ਦੇਣ ਦਾ, ਚਾਹੇ ਮੋਬਾਈਲ ਦੇਣ ਦਾ ਜਾਂ ਹੋਰ ਜਿਹੜੀਆਂ ਮੁਫਤ ਸਹੂਲਤਾਂ ਦੇਣ ਦਾ, ਉਹ ਬਿਲਕੁਲ ਵਾਅਦਾ ਨਾ ਕਰ ਸਕੇ, ਔਰ ਤਾਂ ਕਿ ਜਿਹੜੇ ਵੋਟਰ ਨੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਲੁੱਟਿਆ ਹੋਇਆ ਮਹਿਸੂਸ ਨਾ ਕਰ ਸਕੇ ਅਤੇ ਦੇਸ਼ ਜਿਹੜਾ ਉਹ ਤਰੱਕੀ ਦੀ ਰਾਹ 'ਤੇ ਜਾ ਸਕੇ। ਪਿਆਰੇ ਦਰਸ਼ਕੋ, ਇਹ ਸੀ ਸਾਡਾ ਪ੍ਰੋਗਰਾਮ ਖਬਰ ਅਤੇ ਵਿਚਾਰ।
ਸਾਨੂੰ ਆਸ ਹੈ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਏਗਾ। ਤੁਸੀਂ ਆਪਣੇ ਕਮੈਂਟ ਵਿਚਾਰ ਸਾਡੇ ਫੇਸਬੁੱਕ ਪੇਜ 'ਤੇ ਸਾਂਝੇ ਕਰ ਸਕਦੇ ਹੋ। ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਦੁਆ ਗਿਆ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।